ਅਸੀਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਜੀ ਹਾਂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਾਡੀ ਵਰਖਾ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਕੋਈ ਵੀ ਗੰਦੇ ਹੱਥ ਨਹੀਂ ਝੂਟੇ ਹੱਥ ਵੀ ਨਹੀਂ ਕੋਈ ਲੈ ਕੇ ਜਾਂਦਾ ਬਿਲਕੁਲ ਸ਼ੂਜ਼ ਉਤਾਰ ਕੇ ਸਾਫ਼ ਸੁੱਧਰੇ ਮਰਿਆਦਾ ਨਾਲ ਰੁਮਾਲਾ ਸਾਹਿਬ ਸੁੱਤੇ ਜਾਂਦੇ ਗੁਰੂ ਧਨਵਾ ਹੈ ਗੁਰੂ ਵਾਹਿਗੁਰੂ ਧਨਵਾ ਹੈ ਗੁਰੂ ਭਰਾਏ ਦੇਖੋ ਜੀ ਆਪਣੇ ਪੰਜਾਬੀਆਂ ਵਿੱਚ ਇਹ ਚੀਜ਼ ਦਾ ਰਿਵਾਜ ਹੈ ਦਾਜਵਰੀ ਕਹ ਲੋ ਜਾਂ ਵਿਆਹ ਦੇ ਕੱਪੜੇ ਜਦੋਂ ਸ਼ੁਰੂ ਕਰਨੇ ਆ ਉਹਦੀ ਸ਼ੁਰੂਆਤ ਸਭ ਤੋਂ ਪਹਿਲਾਂ ਰੁਮਾਲਾ ਸਾਹਿਬ ਤੋਂ ਕੀਤੀ ਜਾਂਦੀ ਹੈ ਹਾਂਜੀ ਭਗਵੰਤ ਮਾਨ ਸਾਹਿਬ ਜਦੋਂ ਮੱਥਾ ਟੇਕਣ ਗਏ ਆ ਜਦੋਂ ਜਤਣ ਤੋਂ ਬਾਅਦ ਉਹ ਵੀ ਤੁਹਾਡੇ ਇਥੋਂ ਉਹਨਾਂ ਦੀ ਭੈਣ ਜੀ ਆਏ ਆ ਖਾਸ ਤੌਰ ਤੇ ਕਹਿੰਦੇ ਸੀ ਵੀ ਅਸੀਂ ਬਹੁਤ ਸਣ ਭੈਣ ਜੀ ਸਾਡੇ ਕੋਲ ਸਾਡੀ ਆਮ ਤੇ ਆਏ ਆ ਸਾਡਾ ਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਵੱਡੇ ਪੋਲਿਟਿਸ਼ੀਅਨ ਸੀਗੇ ਕੋਈ ਉਹ ਭੈਣ ਜੀ ਆਉਂਦੇ ਸੀ ਤਾਂ ਉਹ ਉਹਨਾਂ ਜਦੋਂ ਉਹ ਇਥੇ ਆਉਂਦੇ ਸੀਗੇ ਉਹਨਾਂ ਦੀ ਇੱਕ ਗੱਡੀ ਇੱਥੋਂ ਇਧਰ ਲਾਹੌਰੀ ਗੇਟ ਖੜੀ ਹੁੰਦੀ ਸੀ ਸਿਕਿਉਰਿਟੀ ਵਾਲੀ ਇੱਕ ਗੱਡੀ ਉਹਨਾਂ ਦੀ ਇਧਰ ਸ਼ੇਰਾ ਗੇਟ ਖੜੀ ਹੁੰਦੀ ਸੀ ਇੱਥੇ ਉਹ ਭੰਜੀ ਆਉਂਦੇ ਸੀ ਸਿਰਫ ਆਪਣੇ ਡਰਾਈਵਰ ਨਾਲ ਆਉਂਦੇ ਸੀਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਸਭ ਤੋਂ ਪਹਿਲੀ ਵਾਰੀ ਚੀਫ ਮਿਨਿਸਟਰ ਬਣੇ ਸੀ ਤਾਂ ਉਹ ਨਾ ਉਤੋਂ ਉਹ ਦਰਸ਼ਨ ਕਰਨ ਉਸੇ ਪਾਕਿਸਤਾਨ ਗਏ ਸੀ ਤਾਂ ਉਹ ਨਨਕਾਣਾ ਸਾਹਿਬ ਵਸਤੇ ਰਮਾਲਾ ਸਾਹਿਬ ਚੰਦਵਾ ਸਾਹਿਬ ਸਾਡੇ ਕੋਲੋਂ ਉਸ ਵਲੇ ਬਣ ਕੇ ਗਿਆ ਸੀਗਾ ਤੇ ਨਾਮ ਜੀ ਦੀ ਵਾਰ ਗੁਰੂ ਸਤਿਨਾਮ ਜੀ ਦੋ ਦੋ ਸਾਲ ਕਹਿੰਦੇ ਜੀ ਸੰਗਤ ਆਪਣੀ ਵਾਰੀ ਦੀਖਦੀ ਰਹਿੰਦੀ ਆ ਹਾਂਜੀ ਹਾਂ ਸਤਿਨਾਮ ਸ੍ਰੀ ਵਾਹਿਗੁਰੂ ਅਸਰੇ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਸਤੰਦਰ ਸਿੰਘ ਖਹਿਰਾ ਇੱਕ ਵਾਰ ਫੇਰ ਤੋਂ ਸ਼ਹਿਰ ਪਟਿਆਲਾ ਔਰ ਪਟਿਆਲਾ ਦੇ ਵਿੱਚ ਤੁਹਾਨੂੰ ਬਤਾਇਆ ਕਿ ਬਹੁਤ ਕੁਝ ਖਾਸ ਹੈ ਫਿਲਹਾਲ ਕਿਉਂਕਿ ਮੈਂ ਪਿਛਲੇ ਕਈ ਦਿਨਾਂ ਤੋਂ ਇੱਥੇ ਕੰਮ ਕਰ ਰਿਹਾ ਸੀਗਾ ਔਰ ਤੁਹਾਡੇ ਨਾਲ ਪਿਛਲੇ ਹਾਰ ਅਸੀਂ ਸਾਂਝਾ ਵੀ ਕੀਤਾ ਸੀਗਾ ਕਿ ਕਿਵੇਂ ਪਟਿਆਲੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਸਤਰ ਬਣਦੇ ਨੇ ਸ਼ਾਮਿਆਨੇ ਬਣਦੇ ਨੇ ਔਰ ਰੁਮਾਲਾ ਸਾਹਿਬ ਬਣਦੇ ਨੇ ਤਾਂ ਅੱਜ ਜੋ ਇੱਕ ਵਾਰ ਫਿਰ ਤੋਂ ਮੈਂ ਉਸ ਵਰਕਸ਼ਾਪ ਦੇ ਵਿੱਚ ਹਾਂ ਜਿੱਥੇ ਕੀ ਇਹ ਬਹੁਤ ਸੂਚਮਤਾ ਦੇ ਨਾਲ ਬਣਾਏ ਜਾਂਦੇ ਆ ਸਦਾਨਾ ਬ੍ਰਦਰਸ ਦੀ ਗੱਲ ਕਰ ਰਿਹਾ ਮੇਰੇ ਨਾਲ ਗੁਰਮੀਤ ਸਿੰਘ ਸਦਾਨਾ ਜੀ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਅੱਛਾ ਜੀ ਅੱਛਾ ਜਦੋਂ ਮੈਂ ਗਾਇਣੀ ਢਿਆਸ ਕ ਬਹੁਤ ਲੋਕ ਆਉਂਦੇ ਨੇ ਅਸੀਂ ਸਾਡੇ ਸ਼ੂਜ਼ ਵੀ ਬਾਹਰ ਲਾਥ ਜੰਦੇ ਆ ਰਿਸੈਪਸ਼ਨ ਦੇ ਉੱਤੇ ਤੁਸੀਂ ਆਪ ਵੀ ਬਾਹਰ ਲਾ ਕੇ ਆਉਨੇ ਆ ਬਹੁਤ ਸੰਗਤ ਆਉਂਦੀ ਆ ਜਦੋਂ ਸੰਗਤ ਆਉਂਦੀ ਆ ਬੁਕਿੰਗ ਕਰਾਉਂਦੇ ਸਪੈਸ਼ਲੀ ਜਾਂ ਤੁਹਾਡੇ ਕੋਲੇ ਦੇਖਣ ਆਉਂਦੀ ਆ ਜਾਂ ਇੰਨੇ ਲੋਕਾਂ ਦਾ ਤੁਸੀਂ ਕਨੈਕਟ ਕਰਦੇ ਆ ਨਾ ਕੀ ਕੀ ਸੋਚਦੇ ਆ ਪਿੱਛੇ ਸੋਚ ਕੀ ਆ ਸਾਡੀ ਸੋਚ ਭਾਈ ਸਾਹਿਬ ਜੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਦੇਖਦੇ ਆ ਸੰਗਤ ਕਿੰਨੀ ਭਾਵਨਾ ਨਾਲ ਆਉਂਦੀ ਆ ਸਾਡੇ ਕੋਲ ਕਈ ਲੋਕ ਇਸ ਤਰ੍ਹਾਂ ਜੀ ਆਪਣੀ ਗੱਡੀ ਤੋਂ ਹੀ ਮਤਲਬ ਗੱਡੀ ਵਿੱਚ ਸ਼ੂਜ਼ ਉਤਾਰ ਕੇ ਨਹੀਂ ਗਏ ਪਹਿਰੇ ਸਾਡੇ ਦੁਕਾਨ ਤੇ ਆਉਂਦੇ ਆ ਸਾਨੂੰ ਅੰਦਰੋਂ ਕੁਝ ਹੁੰਦਾ ਵੀ ਅਸੀਂ ਜੋ ਜਿਸ ਜਿੰਨੀ ਮर्यादा ਨਾਲ ਅਸੀਂ ਚੀਜ਼ ਬਣਾ ਰਹੇ ਹਾਂ ਉਸ ਤੋਂ ਵੀ ਬੈਟਰ ਅਸੀਂ ਕੁਝ ਨਾ ਕੁਝ ਕਰ ਸਕੀਏ ਉਸ ਤੋਂ ਬੈਟਰ ਅਸੀਂ ਕੀ ਕਰ ਸਕਦੇ ਹਾਂ ਫਿਰ ਅਸੀਂ ਉਸ ਤਰੀਕੇ ਨਾਲ ਇਹ ਹਰ ਚੀਜ਼ ਨੂੰ ਅਸੀਂ ਉਸ ਤਰੀਕੇ ਨਾਲ ਹੀ ਸਟੈਪ ਬਾਈ ਸਟੈਪ ਅਸੀਂ ਅੱਗੇ ਕਰੀ ਜਾ ਰਹੇ ਹਾਂ ਅੱਛਾ ਮੈਂ ਕੇ ਆ ਰਿਹਾ ਸੋਚਦਾ ਹੁੰਦਾ ਵੀ ਅਸੀਂ ਪੰਜਾਬ ਚ ਰਹਿੰਦੇ ਆ ਮੰਦਰ ਮਸੀਤਾਂ ਅਸੀਂ ਤੋਂ ਤੱਕ ਹੀ ਸਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਜਾਦਾ ਨੇ ਉਹਨੂੰ ਵੀ ਸਜੋ ਕੇ ਰੱਖਦੇ ਆ ਨਾ ਪਰ ਸੁਖਣਾ ਬਾਵਾ ਸੁਖ ਦੀਆਂ ਨਾ ਹਰ ਅਸੀਂ ਗੁਰੂ ਘਰ ਦੇ ਨਾਲ ਜੁੜੇ ਹੁੰਦੇ ਹੰਨੇ ਵੀ ਚਲੋ ਵੀ ਸਾਡਾ ਅੱਜ ਕੱਲ ਬਾਹਰ ਦਾ ਬਣ ਜਵੇ ਜਾਂ ਕੁਝ ਹੋਵੇ ਸੁਖਣਾ ਚੁੱਕੀ ਹੁੰਦੀ ਆ ਤੁਹਾਨੂੰ ਵੀ ਲੱਗਦਾ ਵੀ ਉਹ ਸੁਖਣਾ ਦਾ ਹਿੱਸਾ ਤੁਸੀਂ ਵੀ ਹੁੰਨੇ ਆ ਵੀ ਬਿਲਕੁਲ ਹੁੰਦਾ ਜੀ ਲੋਕੀ ਸੰਗਤਾਂ ਨੂੰ ਯਾਦ ਮੌਕੇ ਤੇ ਆਂਦਾ ਹੈ ਕਿ ਹਾਏ ਮੇਰੇ ਬੱਚੇ ਦਾ ਵਿਆਹ ਆ ਤੇ ਮੈਂ ਉਹਦੇ ਸਰਮਾਲਾ ਸਾਹਿਬ ਬਣਵਾਣਾ ਤੇ ਕੁਝ ਅੱਜਕੱਲ ਜਿਵੇਂ ਮਾਹੌਲ ਚੱਲ ਰਿਹਾ ਹੈਗਾ ਕਿ ਕੁਝ ਵੀ ਕੋਈ ਘਰ 'ਚ ਕੋਈ ਵਿਪਰਾਮ ਹੁੰਦਾ ਉਹਦੇ ਉੱਤੇ ਹਰ ਇੱਕ ਬੰਦੇ ਨੂੰ ਰਮਾਲਾ ਸਾਹਿਬ ਗੁਰੂ ਘਰ ਵਿੱਚ ਪੇਟਾ ਕਰਨਾ ਹੈ ਕਿਤੇ ਵੀ ਜਾਣ ਤੋਂ ਪਹਿਲਾਂ ਗੁਰੂ ਘਰ ਜਾਣਾ ਹੈ ਰਮਾਲਾ ਸਾਹਿਬ ਨਾਲ ਲੈ ਕੇ ਜਾਣਾ ਹੈ ਆਮ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਸੰਗਤ ਹੁਣ ਆ ਥੋੜੇ ਦਿਨ ਪਹਿਲਾਂ ਸਾਡੇ ਕੋਲ ਇੱਕ ਨਵਾਂ ਸ਼ਹਿਰ ਤੋਂ ਸਰਦਾਰ ਬਲਬੀਤ ਸਿੰਘ ਜੀ ਆਏ ਉਹਨਾਂ ਨੇ ਉਹਨਾਂ ਦੇ ਬੱਚਿਆਂ ਨੇ ਬਾਹਰ ਕੈਨੇਡਾ ਜਾਣਾ ਸੀ ਤੇ ਉਹਨਾਂ ਨੂੰ ਇੱਕਦਮ 10 ਦਿਨ ਪਹਿਲਾਂ ਯਾਦ ਆਇਆ ਵੀ ਅਸੀਂ ਤਾਂ ਦਰਬਾਰ ਸਾਹਿਬ ਤੋਂ ਟਾਈਮ ਲੈਂਦਾ ਹੈ ਰਮਾਲਾ ਸਾਹਿਬ ਦਾ ਅੱਛਾ ਤੇ 10 ਦਿਨ ਸਿਰਫ 10 ਦਿਨ ਪਹਿਲਾਂ ਉਹਨਾਂ ਨੇ ਆ ਕੇ ਸਾਨੂੰ ਕਿਹਾ ਵੀ ਅਸੀਂ ਦਰਬਾਰ ਸਾਹਿਬ ਦਾ ਰਮਾਲਾ ਸਾਹਿਬ ਦਾ ਟਾਈਮ ਲੈਂਦਾ ਹੈ ਸਾਨੂੰ ਸੈੱਟ ਬਣਾ ਕੇ ਦਿਓ ਸੋ ਅਸੀਂ ਉਹਨਾਂ ਨੂੰ ਪੂਰੇ 10 ਦਿਨ 9 ਦਿਨਾਂ ਦੇ ਵਿੱਚ ਉਹਨਾਂ ਨੂੰ ਪੂਰਾ ਸੈੱਟ ਦਰਬਾਰ ਸਾਹਿਬ ਦਾ ਉਹ ਸੈਟ ਚਾਰ ਕਰਕੇ ਦਿੱਤਾ ਤੇ ਉਹ ਪਿਛਲੇ 19 ਤਰੀਕ 19 ਅਗਸਤ ਨੂੰ ਉਹ ਦਰਵਾਜਾ ਸਾਬ ਸੈਟ ਲੱਗਿਆ ਵੀ ਹੈ ਗੁਰਮੀਤ ਸਿੰਘ ਇੱਕ ਗੱਲ ਇਹ ਵੀ ਹੁੰਦੀ ਹੈ ਨਾ ਵੀ ਅੱਜ ਕੱਲ ਫੈਂਸੀ ਯੋਗਾ ਹਰ ਕੋਈ ਕੋਈ ਨਾ ਕਿਸੇ ਕਿਸੇ ਚੀਜ਼ ਦਾ ਖਾਸ ਮੁਹਾਰਤ ਰੱਖਦਾ ਮੈਂ ਜਦੋਂ ਤੁਹਾਡੀ ਵਰਕਸ਼ਾਪ ਤੇ ਅਸੀਂ ਵੜਦੇ ਹਾਂ ਸਾਨੂੰ ਮਤਲਬ ਮੇਰੇ ਨਾਲ ਜਿੰਨੇ ਵੀ ਆਉਂਦੇ ਮੇਰਾ ਕਰੂ ਮੈਂਬਰ ਉਹ ਸਾਰੇ ਕਹਿੰਦੇ ਵੀ ਇਹਨਾਂ ਦੀ ਮੁਹਾਰਤ ਜਿਹੜੀ ਆ ਉਹ ਆਹਸਥਾ ਦੇ ਨਾਲ ਜੁੜੀ ਹੋਈ ਆ ਇਹਨੂੰ ਕਿਦਾਂ ਦੇਖਦੇ ਹੋ ਦੇਖੋ ਖੈਰਾ ਸਾਹਿਬ ਗੱਲ ਕਿਹ ਹੈ ਆ ਅੱਜ ਕੱਲ ਜੋ ਹੁਣ ਯੁੱਗ ਚੱਲ ਰਿਹਾ ਹੈ ਇਸ ਯੁੱਗ ਦੇ ਵਿੱਚ ਪਹਿਲਾਂ ਕੋਈ ਟਾਈਮ ਸੀਗਾ ਕਿ ਗੁਰੂ ਸਾਹਿਬ ਦਾ ਰਮਾਲਾ ਸਾਹਿਬ ਲੈਣਾ ਹੁੰਦਾ ਸੀ ਕਿਸੇ ਨੇ ਤਾਂ ਕਿਸੇ ਵੀ ਕੱਪੜੇ ਦੀ ਦੁਕਾਨ ਤੋਂ 3 ਮੀਟਰ ਕੱਪੜਾ ਲਿੱਤਾ ਤੇ ਉਹਦੇ ਗੋਟਾ ਲਵਾ ਕੇ ਕਿਨਾਰੀ ਲਵਾ ਕੇ ਉਹ ਰਮਾਲਾ ਸਾਹਿਬ ਬਣਾਉਂਦਾ ਸੀ ਲੇਕਿਨ ਹੁਣ ਯੁੱਗ ਬਿਲਕੁਲ ਬਦਲ ਗਿਆ ਹੈ ਹੁਣ ਜਿਸ ਨੇ ਕੋਈ ਲੇਡੀਜ਼ ਕੱਪੜੇ ਸਲਵਾਉਣੇ ਹੁੰਦੇ ਹਨ ਉਹ ਜਾ ਕੇ ਲੇਡੀਜ਼ ਟੇਲਰ ਕੋਲ ਜ ਜਾਂਦਾ ਹੈ ਜਿਸ ਨੇ ਜੈਂਟਸ ਨੇ ਕੋਈ ਕੱਪੜੇ ਸਟਿਚ ਕਰਵਾਉਣੇ ਹੁੰਦੇ ਹਨ ਉਹ ਜੈਂਟਸ ਬਾਅਦ ਇਹ ਟੇਲਰ ਕੋਲ ਜਾ ਕੇ ਸਟਿਚ ਕਰਾਉਂਦਾ ਹੈ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਜੀ ਹਾਂ ਔਰ ਅਸੀਂ ਇਹ ਚੀਜ਼ ਸੋਚ ਕੇ ਚੱਲਦੇ ਹਾਂ ਵੀ ਅਸੀਂ ਗੁਰੂ ਮਹਾਰਾਜ ਦੇ ਦਰਜੀ ਹਾਂ ਔਰ ਅਸੀਂ ਇਸ ਨੂੰ ਕਿੰਨੀ ਮਰਿਆਦਾ ਨਾਲ ਕਿੰਨੀ ਸੁਚੇਤਮ ਨਾਲ ਅਸੀਂ ਇਹ ਬਣਾਉਂਦੇ ਹਾਂ ਇਹ ਜਿਹੜੀ ਸੁਚੇਤਮ ਔਰ ਮਰਿਆਦਾ ਹੈ ਇਹ ਸਾਡੇ ਸ਼ੋਰੂਮ ਤੋਂ ਇਲਾਵਾ ਸਾਡੀ ਵਰਕਸ਼ਾਪ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਕੋਈ ਵੀ ਝੂٹے ਹੱਥ ਗੰਦੇ ਹੱਥ ਨਹੀਂ ਝੂٹے ਹੱਥ ਵੀ ਨਹੀਂ ਕੋਈ ਲੈ ਕੇ ਜਾਂਦਾ ਔਰ ਬਿਲਕੁਲ ਸ਼ੂਜ਼ ਤਾਰ ਕੇ ਸਾਫ਼ ਸੁਥਰੇ ਮਰਿਆਦਾ ਨਾਲ ਰਮਨਾਲ ਸਿੰਘ ਸਿੱਤੇ ਜਾਂਦੇ ਹਨ ਅਤੇ ਚੰਦੋਤ ਸਿੰਘ ਸਿੱਤੇ ਜਾਂਦੇ ਚਲੋ ਇਹ ਤਾਂ ਇਹ ਤਾਂ ਹੋ ਗਿਆ ਵੀ ਹਨਾ ਵੀ ਤੁਹਾਡੇ ਕੋਲੇ ਸੰਗਤ ਆਉਂਦੀ ਆ ਤੁਸੀਂ ਸੰਗਤ ਲਈ ਸਿਉਂਦੇ ਆ ਤੇ ਗੁਰਮੀਤ ਸਿੰਘ ਤੁਹਾਡਾ ਆਪ ਦਾ ਕਿਉਂਕਿ ਤੁਹਾਡੀ ਇੱਕ ਵਰਕਸ਼ਾਪ ਆ ਇਹਨਾਂ ਹੁੰਦਾ ਨਾ ਵੀ ਲਲਾਰੀ ਕਦੇ ਕਦੇ ਚੁੰਨੀ ਭੇਟ ਕਰਿਆ ਆਉਂਦਾ ਮੰਦਿਰ ਜਾਂ ਮਸੀਤ ਦੇ ਉੱਤੇ ਤੁਹਾਡਾ ਵੀ ਹੁੰਦਾ ਵੀ ਆਪਾ ਕਿਉਂਕਿ ਤੁਸੀਂ ਕਿਉਂਕਿ ਅਸੀਂ ਇੱਕ ਆਪਾ ਕਹਿੰਨੇ ਮੱਤ 'ਚ ਯਕੀਨ ਰੱਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਯਕੀਨ ਰੱਖਦੇ ਹਾਂ ਤੁਹਾਡੇ ਲੋ ਵੀ ਜਾਂਦੇ ਆ ਫਿਰ ਸਾਨੂੰ ਵੀ ਗੁਰੂ ਮਹਾਰਾਜ ਕਦੇ ਮੌਕਾ ਦਿੰਦੇ ਆ ਤਾਂ ਅਸੀਂ ਵੀ ਆਪਣੇ ਵੱਲੋਂ ਜ਼ਰੂਰ ਕੋਸ਼ਿਸ਼ ਕਰੀਏ ਕਿਸੇ ਕਿਸੇ ਜਗ੍ ਜਿੱਥੇ ਰਮਾਲਾ ਸਾਹਿਬ ਚੰਦੋਲਾ ਸਾਹਿਬ ਦੀ ਤਦਾਦ ਘੱਟ ਹੁੰਦੀ ਹੈ ਤੇ ਸਾਨੂੰ ਹੁੰਦਾ ਵੀ ਇੱਥੇ ਜ਼ਰੂਰਤਾਂ ਇੱਥੇ ਐ ਅੱਛਾ ਕੋਈ ਕੋਈ ਗੁਰਦਾਰ ਸਾਹਿਬ ਦੂਰ ਦਰਾਡੇ ਕਈ ਗੁਰਦਾਰ ਸਾਹਿਬ ਹੁੰਦੇ ਹਨ ਜਿੱਥੇ ਸੰਗਤ ਥੋੜੀ ਘੱਟ ਜਾਂਦੀ ਹੈ ਤੇ ਸਾਨੂੰ ਹੁੰਦਾ ਹੈ ਕਿ ਅਸੀਂ ਜਿਹੜੀ ਜਿਹੜਾ ਸਾਨੂੰ ਇਹ ਸਾਨੂੰ ਮੌਕਾ ਮਿਲਿਆ ਅਸੀਂ ਉੱਥੇ ਰਮਾਲਾ ਸਾਹਿਬ ਚੰਦੋਲਾ ਸਾਹਿਬ ਤਿਆਰ ਕਰਾ ਕੇ ਆਪਣੇ ਉਹਨੇ ਅਸੀਂ ਉੱਥੇ ਭੇਟਾ ਕਰਕੇ ਆਉਂਦੇ ਆਂ ਔਰ ਉਹੀ ਸਾਡੀ ਐਡਵਰਟਾਈਜ਼ਮੈਂਟ ਹੈ ਇੱਕ ਚੀਜ਼ ਕਿਸੇ ਗੁਰਦਾਰ ਸਾਹਿਬ ਵਿੱਚ ਸੋਹਣੀ ਚੀਜ਼ ਬਣ ਕੇ ਗਈ ਤਾਂ ਉਹ ਸੰਗਤ ਦੇਖ ਕੇ ਦੂਸਰੇ ਸੰਗਤਾਂ ਨੂੰ ਵੀ ਚਾ ਚੜ ਜਾਂਦਾ ਹੈ ਕਿੰਨਾ ਸੋਹਣਾ ਚੰਦਵਾ ਸਾਹਿਬ ਬਣਾ ਕੇ ਪੇਟਾ ਕੀਤਾ ਹੈ ਕਿੰਨਾ ਸੋਹਣਾ ਰਮਾਲਾ ਸਾਹਿਬ ਬਣਾ ਕੇ ਪੇਟਾ ਕੀਤਾ ਉਹ ਦੇਖ ਕੇ ਸੰਗਤ ਹੋਰ ਉਸ ਤੋਂ ਬਾਅਦ ਹੋਰ ਅੱਗੇ ਤੋਂ ਅੱਗੇ ਵਾ ਚੜ ਕੇ ਆਉਂਦੀ ਹੈ ਅੱਛਾ ਇੱਕ ਮੈਂ ਵੀ ਕਿਉਂਕਿ ਜਦੋਂ ਆਪ ਆਫ ਦਾ ਕੈਮਰਾ ਗੱਲ ਕਰਦੇ ਸੀਗੇ ਤੁਸੀਂ ਕਹਿੰਦੇ ਦੁਨੀਆ ਭਰ ਦੇ ਵਿੱਚ ਤੁਹਾਡੇ ਇੱਥੋਂ ਰਮਾਲਾ ਸਾਹਿਬ ਚੰਦਵਾ ਸਾਹਿਬ ਜਾਂਦੇ ਹਨ ਹਾਂਜੀ 8000 ਤੋਂ ਉੱਪਰ ਗੁਰਦਾਰਾ ਸਾਹਿਬ ਤਕਰੀਬਨ ਸਾਡੇ ਕੋਲ ਨੇ 30 ਤੋਂ 30 ਤੋਂ ਉੱਪਰ ਦੇਸ਼ਾਂ ਵਿੱਚ 8000 ਤੋਂ ਉੱਪਰ ਗੁਰਦਾਰਾ ਸਾਹਿਬ ਵਿੱਚ ਸਾਡੇ ਕੋਲ ਰਮਾਲਾ ਸਾਹਿਬ ਚੰਦਵਾ ਸਾਹਿਬ ਜੀ ਤੇ ਕਦੀ ਕਦੀ ਇਦਾਂ ਹੁੰਦਾ ਨਾ ਕਿਉਂਕਿ ਤੁਸੀਂ ਕਹਿੰਦੇ ਆ ਵੀ ਕੋਈ 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 ਬੰਦਾ ਸਾਡੇ ਕੋਲੇ ਆਉਂਦਾ ਤੇ ਉਹ ਆਪਣੀ ਗੱਡੀ ਦੇ ਵਿੱਚ ਹੀ ਸ਼ੂਜ਼ ਉਤਾਰ ਕੇ ਬੜੀ ਸ਼ਰਧਾ ਦੇ ਨਾਲ ਆਉਂਦਾ ਵੀ ਬਾਈ ਵਾਕਈ ਅਸੀਂ ਬਸਤਰ ਲੈਣ ਚੱਲੇ ਆ ਸਾਡੇ ਨਾ ਰਿਵਾਜ ਹੁੰਦਾ ਪੰਜਾਬ ਦੇ ਵਿੱਚ ਵੀ ਜਦੋਂ ਬਰੀ ਲੈਣ ਜਾਣੀ ਆ ਨਾ ਸਭ ਤੋਂ ਪਹਿਲਾਂ ਬਜ਼ੁਰਗਾਂ ਦੇ ਲਈ ਕੱਪੜੇ ਕੱਢ ਲਓ ਨਾ ਇਦਾਂ ਵੀ ਹੁੰਦਾ ਵੀ ਜਦੋਂ ਬਰੀ ਖਰੀਦਣ ਆਉਂਦੇ ਆ ਜਾਂ ਮੁੰਡੇ ਦਾ ਵਿਆਹ ਜਾਂ ਕਿਸੇ ਕੋਈ ਵੀ ਸ਼ੁਭ ਕੰਮ ਹੁੰਦਾ ਆ ਵੀ ਤੁਹਾਡੇ ਕੋਲੇ ਪਹਿਲਾਂ ਸਭ ਤੋਂ ਤੁਹਾਡੇ ਕੋਲੇ ਗਾਹ ਕਹੋਂਦੇ ਹੋ ਕਹਿੰਦੇ ਜੀ ਅਸੀਂ ਤਾਂ ਪਹਿਲਾਂ ਰਮਾਲਾ ਸਾਹਿਬ ਬਣਵਾਉਣਾ ਜਾਂ ਚੰਦਵਾ ਸਾਹਿਬ ਬਣਾਉਣਾ ਆਪਣੇ ਦੇਖੋ ਜੀ ਆਪਣੇ ਪ ਇਹ ਚੀਜ਼ ਦਾ ਰਿਵਾਜ ਹੈ ਦਾਜਵਰੀ ਕਹ ਲੋ ਜਾਂ ਵਿਆਹ ਦੇ ਕੱਪੜੇ ਜਦੋਂ ਸ਼ੁਰੂ ਕਰਨੇ ਆ ਉਹਦੀ ਸ਼ੁਰੂਆਤ ਸਭ ਤੋਂ ਪਹਿਲਾਂ ਰੁਮਾਲਾ ਸਾਹਿਬ ਤੋਂ ਕੀਤੀ ਜਾਂਦੀ ਹੈ ਹਾਂਜੀ ਰੁਮਾਲਾ ਸਾਹਿਬ ਆਮ ਦੁਕਾਨਦਾਰਾਂ ਵਿੱਚ ਇਹ ਹੁੰਦਾ ਹੈ ਵੀ ਜੇ ਕਸਟਮਰ ਨੂੰ ਸੰਗਤ ਨੂੰ ਸਭ ਤੋਂ ਪਹਿਲਾਂ ਰੁਮਾਲਾ ਸਾਹਿਬ ਪਧੀਆ ਪਸੰਦ ਆ ਗਿਆ ਕੱਪੜੇ ਸਾਰੇ ਇਸੇ ਹੀ ਲਾਈਨ 'ਚ ਜਲਦੀ ਤੋਂ ਜਲਦੀ ਪਸੰਦ ਆਈ ਜਾਂਦੇ ਆ ਠੀਕ ਸੋ ਉਹ ਦੁਕਾਨਦਾਰ ਸਾਡੇ ਨਾਲ ਨਾਲ ਇਸ ਤਰੀਕੇ ਨਾਲ ਜੁੜੇ ਹੋਏ ਹਨ ਕਿ ਉਹ ਕਹਿੰਦੇ ਆ ਆਹ ਸਡਾਣਾ ਬਰਦਰ ਦਾ ਹੀ ਰੁਮਾਲਾ ਸਾਹਿਬ ਲੈ ਕੇ ਜਾਣਾ ਹੈ ਇਹ ਸੰਗਤ ਨੂੰ ਕਸਟਮਰ ਨੂੰ ਇੱਕਦਮ ਪਸੰਦ ਆ ਜਾਣਾ ਹੈ ਦੇ ਨਾਲ ਦੇ ਨਾਲ ਉਹਨਾਂ ਨੇ ਵਿਆਹ ਸ਼ਾਦੀ ਦਾ ਕਪੜਾ ਇੱਕਦਮ ਜਲਦੀ ਤੋਂ ਜਲਦੀ ਪਸੰਦ ਕਰੀਆ ਅਸੀਂ ਤੁਹਾਡੇ ਕੋਲੇ ਵੀ ਵੀ ਆਈਪੀ ਬਹੁਤ ਆਉਂਦੇ ਚਲੋ ਹਲਕੀ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਆਫ ਦਾ ਕੈਮਰਾ ਸੀ ਬਗਲ ਗੱਲ ਕਰਦੇ ਸੀਗੇ ਉਹ ਵੀ ਉਹ ਵੀ ਇਦਾਂ ਆਉਂਦੇ ਵੀ ਸ਼ੂਜ਼ ਬਾਹਰ ਉਤਾਰ ਆਉਂਦੇ ਆ ਤੇ ਹਾਂਜੀ ਹਾਂ ਗੁਰੂ ਸਾਹਿਬ ਦੇ ਵਸਤਰ ਲੈਣ ਵਾਸਤੇ ਕੋਈ ਵੀ ਆਉਂਦਾ ਹੈ ਉਹ ਪੂਰੀ ਇਸ ਤਾਂ ਹੀ ਭਾਵਨਾ ਨਾਲ ਆਉਂਦੇ ਨੇ ਜਿਨ੍ਹਾਂ ਵਿੱਚ ਉਹਨਾਂ ਦੀ ਉਹਨਾਂ ਦੀ ਭਾਵਨਾ ਉਹਨਾਂ ਦੀ ਅੱਖਾਂ ਤੋਂ ਉਹਨਾਂ ਦੇ ਬਿਹੇਵ ਤੋਂ ਝਾਹਰ ਹੋ ਰਹੀ ਹੁੰਦੀ ਹੈ ਉਹ ਕਿੰਨੇ ਪਿਆਰ ਸਤਕਾਰ ਨਾਲ ਰਮਾਲਾ ਸਾਹਿਬ ਲੈਣ ਵਾਸਤੇ ਸਾਡੇ ਕੋਲ ਅੱਛਾ ਤੁਸੀਂ ਇਹ ਦੱਸ ਦਿੱਤੀ ਸੀ ਕਿ ਭਗਵੰਤ ਮਾਨ ਸਾਹਿਬ ਜਦੋਂ ਮੱਥਾ ਟੇਕਣ ਗਏ ਆ ਜਦੋਂ ਜਿੱਤਣ ਤੋਂ ਬਾਅਦ ਉਹ ਵੀ ਤੁਹਾਡੇ ਇਥੋਂ ਉਹਨਾਂ ਦੀ ਭੈਣ ਜੀ ਆਏ ਆ ਖਾਸ ਤੌਰ ਤੇ ਕਹਿੰਦੇ ਸੀ ਵੀ ਅਸੀਂ ਬਹੁਤ ਸਾਰੇ ਭੈਣ ਜੀ ਸਾਡੇ ਕੋਲ ਸਾਡੀ ਆਮ ਤੇ ਆਏ ਆ ਸਾਡੇ ਕੋਲ ਰਮਾਲਾ ਸਾਹਿਬ ਲੈ ਕੇ ਗਏ ਸੀ ਅੱਛਾ ਤੇ ਨਾਲ ਫਿਰ ਬੋਡੀਗਾਰਡ ਜਾਂ ਸਿਕਿਉਰਿਟੀ ਗਾਰਡ ਆਏ ਜਾਂ ਨਹੀਂ ਨਹੀਂ ਜੀ ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਆਂਦਾ ਹੈ ਤਾਂ ਮਤਲਬ ਸਿਕਿਉਰਿਟੀ ਗਾਰਡ ਨਹੀਂ ਸਾਡੇ ਕੋਲ ਹੋਰ ਬਹੁਤ ਸਾਰੇ ਵੀਆਈਪੀ ਆਉਂਦੇ ਨੇ ਪਹਿਲਾਂ ਇੱਕ ਬਹੁਤ ਵੱਡੇ ਪੋਲੀਟਿਸ਼ੀਅਨ ਸੀਗੇ ਕੋਈ ਉਹ ਭੰਜੀ ਆਉਂਦੇ ਸੀ ਤਾਂ ਉਹ ਉਹਨਾਂ ਜਦੋਂ ਉਹ ਇੱਥੇ ਆਉਂਦੇ ਸੀਗੇ ਉਹਨਾਂ ਦੀ ਇੱਕ ਗੱਡੀ ਇੱਥੋਂ ਇਧਰ ਲਾਹੌਰੀ ਗੇਟ ਖੜੀ ਹੁੰਦੀ ਸੀ ਸਿਕਿਉਰਿਟੀ ਵਾਲੀ ਇੱਕ ਗੱਡੀ ਉਹਨਾਂ ਦੀ ਇਧਰ ਸ਼ੇਰਾਂ ਵਾਲੇ ਗੇਟ ਖੜੀ ਹੁੰਦੀ ਸੀ ਇੱਥੇ ਉਹ ਭੰਜੀ ਆਉਂਦੇ ਸੀ ਸਿਰਫ ਆਪਣੇ ਆਪਣੇ ਡਰਾਈਵਰ ਨਾਲ ਆਉਂਦੇ ਸੀਗੇ ਤੇ ਬੜੇ ਸੁਚਤਨ ਨਾਲ ਬੜੇ ਸ਼ਰਦਾ ਨਾਲ ਆ ਕੇ ਸਾਡੇ ਕੋਲ ਰਮਾਲਾ ਸਾਹਿਬ ਲੈ ਕੇ ਜਾਂਦੇ ਸੀਗੇ ਅੱਛਾ ਮੈਂ ਆਪਾਂ ਗੱਲਾਂ ਕਰਦੇ ਸੀਗੇ ਵੀ ਆਪਾਂ ਨਾ ਦੇਖ ਕੇ ਜਦੋਂ ਸਾਡੇ ਅਰਦਾਸ ਹੁੰਦੀ ਹਲੇ ਵੀ ਅਸੀਂ ਕਹਿੰਦੇ ਆ ਵੀ ਗੁਰੂ ਧਾਮਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰੇ ਤੇ ਸੇਵਾ ਸੰਭਾਲਦਾ ਦਾਨ ਹੈ ਨਾ ਖਾਲਸਾ ਜੀ ਨੂੰ ਬਖਸ਼ੋ ਹੁਣ ਤੁਸੀਂ ਕਹਿੰਦੇ ਵੀ ਤੁਹਾਡਾ ਰਮਾਲਾ ਸਾਹਿਬ ਜਾਂ ਤੁਹਾਡੇ ਚੰਦੋਆ ਸਾਹਿਬ ਉੱਥੇ ਸ੍ਰੀ ਨਨਤਾਣਾ ਸਾਹਿਬ ਇਹ ਗੱਲ ਤੁਹਾਡੀ ਵਿੱਚੋਂ ਮੈਂ ਗੱਲ ਕੱਟ ਰਿਹਾ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਇਹ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਸਭ ਤੋਂ ਪਹਿਲੀ ਵਾਰੀ ਚੀਫ ਮਿਨਿਸਟਰ ਬਣੇ ਸੀ ਤਾਂ ਉਹ ਨਾ ਉਦੋਂ ਉਹ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਗਏ ਸੀ ਚੀਫ ਮਿਨਿਸਟਰ ਬਣਨ ਤੋਂ ਥੋੜੇ ਜਿਹਾ ਬਾਅਦ ਵਿੱਚ ਤਾਂ ਉਹ ਨਨਕਾਣਾ ਸਾਹਿਬ ਵਸਤੇ ਰਮਾਲਾ ਸਾਹਿਬ ਚੰਦਵਾ ਸਾਹਿਬ ਸਾਡੇ ਕੋਲੋਂ ਉਸ ਵੇਲੇ ਬਣ ਕੇ ਗਿਆ ਸੀਗਾ ਹੋਰ ਵੀ ਸਾਰੇ ਅੱਛਾ ਜਦੋਂ ਉਹ ਬਣਵਾਇਆ ਸੀਗਾ ਤੇ ਕਿੱਦਾਂ ਤੁਸੀਂ ਕਿਉਂਕਿ ਅਸੀਂ ਅਸੀਂ ਅਰਦਾਸਾਂ ਕਰਦੇ ਹਾਂ ਵੀ ਉਹ ਗੁਰੂ ਘਰ ਦੇ ਵਿੱਚ ਸਾਨੂੰ ਖੁੱਲੇ ਦਰਸ਼ਨ ਦਿਦਾਰੇ ਹੋਣ ਕਿੱਦਾਂ ਦਾ ਇੱਕ ਵਰਕਸ਼ਾਪ ਚ ਮਾਹੌਲ ਸੀਗਾ ਜਾਂ ਤੁਹਾਨੂੰ ਕਿੱਦਾਂ ਦਾ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਹੈ ਜੀ ਇੰਨੀਆਂ ਵੱਡੀਆਂ ਵੱਡੀਆਂ ਜਗ੍ਹਾ ਤੇ ਜਾ ਕੇ ਗੁਰੂ ਮਹਾਰਾਜ ਦੇ ਉਹ ਜਿਹੜਾ ਰਮਾਲਾ ਸਾਹਿਬ ਚੰਦਵਾ ਸਾਹਿਬ ਬਣ ਕੇ ਜਾਂਦੇ ਸਾਡੀ ਵਰਕਸ਼ਾਪ ਤੋਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਔਰ ਸਾਨੂੰ ਹੋਰ ਜਿਆਦਾ ਉਤਸ਼ਾਹ ਮਿਲਦਾ ਹੈ ਵੀ ਅਸੀਂ ਹੋਰ ਜਿਆਦਾ ਇਸ ਨੂੰ ਹੋਰ ਅੱਛੇ ਤਰੀਕੇ ਨਾਲ ਸੂਚਿਤਤਾ ਨਾਲ ਮਰਿਆਦਾ ਨਾਲ ਇਹਨੂੰ ਰਮਾਲਾ ਸਾਹਿਬ ਤੇ ਚੰਦੋ ਸਾਹਿਬ ਤਿਆਰ ਕਰੀਏ। ਅੱਛਾ ਗੁਰਮੀਤ ਸਿੰਘ ਇੱਕ ਗੱਲ ਇਹ ਵੀ ਆ ਵੀ ਮੈਂ ਨਾ ਕਿਤੇ ਪੜ੍ਹਦਾ ਸੀਗਾ ਵੀ ਜਾਂ ਕਿਤੇ ਸੁਣਿਆ ਸੀਗਾ ਮੈਂ ਵੀ ਦੋ-ਦੋ ਸਾਲ ਕਹਿੰਦੇ ਜੀ ਸੰਗਤ ਆਪਣੀ ਵਾਰੀ ਦੀਕਦੀ ਰਹਿੰਦੀ ਆ। ਹਾਂਜੀ ਹਾਂ ਦਰਬਾਰ ਸਾਹਿਬ ਦਰਬਾਰ ਸਾਹਿਬ ਸੈਟ ਅਗਰ ਕਿਸ ਨੇ ਅੱਜ ਸੰਗਤ ਨੇ ਸੈਟ ਚ ਆਉਣਾ ਹੋਵੇ ਤਾਂ ਸਾਲ-ਸਾਲ ਦੋ ਦਾ ਸਾਲ ਵਾਰੀ ਨਹੀਂ ਆਂਦੀ ਉੱਥੇ। ਉਹਦੇ ਵਸਤੇ ਉਹ ਪਹਿਲਾਂ ਉੱਥੇ ਟਾਈਮ ਲਾਈਨ ਸਾਡੇ ਕੋਲ ਪਹਿਲਾਂ ਉਹ ਰਮਨਾਲ ਸਾਹਿਬ ਸੈੱਟ ਬਣਨਾ ਆਰਡਰ ਦੇ ਦਿੰਦੇ ਨੇ ਫਿਰ ਉਹ ਜਿਹੜਾ ਆਰਡਰ ਫਾਰਮ ਹੁੰਦਾ ਸਾਡਾ ਆਰਡਰ ਫਾਰਮ ਤੇ ਜਾ ਕੇ ਉੱਥੇ ਜਾ ਕੇ ਬੁਕਿੰਗ ਡੇਟ ਬੁੱਕ ਕਰਾ ਕੇ ਆਉਂਦੇ ਨੇ ਉਸ ਤੋਂ ਬਾਅਦ ਫਾਈਨਲ ਹੁੰਦਾ ਵੀ ਇਹ ਕਿਹੜੇ ਕੱਪੜੇ ਉੱਪਰ ਬਣਨਾ ਹੈ ਕਿਉਂਕਿ ਜਿਹੜੇ ਦਰਬਾਰ ਸਾਹਿਬ ਦੇ ਸੈੱਟ ਹੈ ਇਹ ਸਰਦੀਆਂ ਵਿੱਚ ਸਿਰਫ ਵੈਲਵਟ ਤੇ ਚੜਦੇ ਨੇ ਜੀ ਗਰਮੀਆਂ ਦੇ ਵਿੱਚ ਸਿਰਫ ਸਿਲਕ ਤੇ ਚੜਦੇ ਨੇ ਕਹਿੰਦਾ ਮਤਲਬ ਹੈ ਦੀਵਾਲੀ ਤੋਂ ਲੈ ਕੇ ਵਿਸਾਖੀ ਤੱਕ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਤੱਕ ਇਹ ਸਿਰਫ ਵੈਲਵਟ ਦੇ ਰਮਾਲਾ ਸਾਬ ਚੜਦੇ ਨੇ ਵਿਸਾਖੀ ਵਾਲੇ ਦਿਨ ਤੋਂ ਲੈ ਕੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੱਕ ਇਹ ਸਿਰਫ ਸਿਲਕ ਦੇ ਰਮਾਲਾ ਸਿਲਕ ਦੇ ਚੜਦੇ ਨੇ ਅੱਛਾ ਜਦੋਂ 2 ਸਾਲ ਪਹਿਲਾਂ ਤੁਹਾਡੇ ਤੋਂ ਬੁਕਿੰਗ ਕਰਾ ਲਈ ਫਿਰ ਤੁਸੀਂ ਬਣਾ ਕੇ ਵੀ ਰੱਖ ਲਿਆ ਫਿਰ ਤੁਸੀਂ ਸਾਂਭ ਸੰਭਾਲ ਕਰਦੇ ਹੋ ਉਹਨੂੰ ਬਿਲਕੁਲ ਸਾਂਭ ਸੰਭਾਲ ਰੱਖਦੇ ਹਾਂ ਅੱਛਾ ਮਤਲਬ ਤੁਹਾਡੇ ਕੋਲ ਤੁਹਾਡੀ ਡਿਊਟੀ ਹੈ ਜੀ ਹਾਂ ਵਾਕਈ ਹਾਂ ਅਸੀਂ ਉਸ ਤੋਂ ਹੀ ਉਹਨਾਂ ਨੂੰ ਸੰਭਾਲ ਕੇ ਰੱਖੀਦਾ ਜਿਆਦਾ ਜਲਦੀ ਇੰਨੇ ਜਲਦੀ ਵੀ ਅਸੀਂ ਨਹੀਂ ਬਣਾ ਕੇ ਰੱਖਦੇ ਥੋੜਾ ਜਿਹਾ 2-3 ਮਹੀਨੇ ਪਹਿਲਾਂ ਬਣਾ ਲਈਦਾ ਲੇਕਿਨ ਆਰਡਰ ਦਾ ਸੰਗਤ ਨੂੰ ਜਦੋਂ ਟਾਈਮ ਔਰ ਜੋ ਡੇਟ ਮਿਲੇਗੀ ਉਸ ਦੇ ਮੁਤਾਬਿਕ ਇਹ ਚੀਜ਼ ਤਿਆਰ ਹੋਏਗੀ ਨਹੀਂ ਅੱਛਾ ਜੇ ਤੁਸੀਂ ਕਹਿੰਦੇ ਸੀਗੇ ਵੀ 30 ਤੋਂ ਬਾਅਦ ਮੁਲਕ ਨੇ ਜਿੱਥੇ ਤੁਹਾਡੇ ਰਮਾਲਾ ਸਾਹਿਬ ਜਿਹੜੇ ਸੰਗਤਾਂ ਲੈ ਕੇ ਜਾਂਦੀਆਂ ਨੇ ਫਿਰ ਕਿੱਦਾਂ ਹੁੰਦਾ ਵੀ ਸੰਗਤ ਤਾਂ ਕਿਉਂਕਿ ਤੁਹਾਡੇ ਕੋਲੇ ਕਿਵੇਂ ਬੁੱਕ ਕਰਦੀ ਆਨਲਾਈਨ ਬੁੱਕ ਕਰਦੀ ਆਨਲਾਈਨ ਸੰਪਰਕ ਕਰਦੀ ਦੇਖੋ ਜੀ ਸਾਡੇ ਕੋਲ ਆਨਲਾਈਨ ਵੀ ਸੰਗਤਾਂ ਬਹੁਤ ਅਪਰੋਚ ਕਰਦੀਆਂ ਨੇ ਆ ਬਹੁਤ ਸਾਰੇ ਹਰ ਬੰਦੇ ਕੋਲ ਨਾ ਟਾਈਮ ਨਹੀਂ ਹੁੰਦਾ ਵੀ ਇੰਨੀ ਦੂਰੋਂ ਦੂਰੋਂ ਰਮਾਲਾ ਸਿਰਫ ਰਮਾਲਾ ਸਾਹਿਬ ਪਸੰਦ ਕਰਨ ਉਸੇ ਠੀਕ ਹੈ ਸਾਡੇ ਆਨਲਾਈਨ ਬੁਕਿੰਗ ਬਹੁਤ ਚੱਲਦੀ ਰਹਿੰਦੀ ਹੈ ਸਾਰਾ ਦਿਨ ਮਤਲਬ ਵਟਸਐਪ ਤੇ ਅਸੀਂ ਕਿਸੇ ਨੂੰ ਵੀ ਕੋਈ ਰਿਕੁਆਇਰਮੈਂਟ ਹੁੰਦੀ ਹੈ ਵਟਸਐਪ ਤੇ ਅਸੀਂ ਡਿਜ਼ਾਈਨਿੰਗ ਭੇਜਦੇ ਹਾਂ ਕਲਰ ਭੇਜਦੇ ਹਾਂ ਉਹਨਾਂ ਦੀ ਬੁਕਿੰਗ ਲੈਂਦੇ ਹਾਂ ਅ ਔਰ ਬਹੁਤ ਸਾਰੇ ਸੰਗਤ ਆ ਆ ਕੇ ਇੱਥੇ ਬੁੱਕ ਕਰਾ ਕੇ ਜਾਂਦਿਆਂ ਨੇ ਅ ਅਸੀਂ ਇਸ ਚੀਜ਼ ਦਾ ਧਿਆਨ ਰੱਖਦੇ ਹਾਂ ਕਿ ਸੰਗਤ ਨੂੰ ਜ਼ਿਆਦਾ ਮਤਲਬ ਉਹਨਾਂ ਨੂੰ ਲੈਣ ਵਾਸਤੇ ਸਪੈਸ਼ਲ ਆਨ ਦੀ ਲੋੜ ਨਾ ਪਵੇ ਹਮ ਇੱਥੇ ਆ ਕੇ ਆਰਡਰ ਕਰ ਜਾਂਦੇ ਨੇ ਸਾਹਮਣੇ ਡਿਜ਼ਾਈਨਿੰਗ ਦੇਖ ਕੇ ਸਾਹਮਣੇ ਕਲਰ ਦੇਖ ਕੇ ਬੁੱਕ ਕਰ ਆ ਜਾਂਦੇ ਨੇ ਜਾਂ WhatsApp ਤੇ ਆਨਲਾਈਨ ਅਸੀਂ ਬੁਕਿੰਗ ਸਾਡੇ ਕੋਲ ਪਸੰਦ ਕਰ ਲੈਂਦੇ ਨੇ ਡਿਲੀਵਰੀ ਵਾਸਤੇ ਅਸੀਂ ਉਹਨਾਂ ਦੇ ਉੱਥੇ ਪਹੁੰਚਣ ਦਾ ਇੰਤਜ਼ਾਮ ਅਸੀਂ ਕਰਦੇ ਹਾਂ ਅੱਛਾ ਤੁਸੀਂ ਆਪ ਕਰਦੇ ਪਿੰਡਾਂ ਪਿੰਡਾਂ ਦੇ ਵਿੱਚ ਜਿੱਥੇ ਕਿਤੇ ਵੀ ਜਾਣਾ ਹੈ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸੰਗਤ ਨੂੰ ਉਹਨੂੰ ਲੈਣ ਵਾਸਤੇ ਦੁਬਾਰਾ ਨਾ ਆਣਾ ਪਵੇ ਤਾਂ ਕਿ ਉਹਨਾਂ ਦੇ ਕੋਲ ਉਹ ਚੀਜ਼ ਪਹੁੰਚੀ ਹੋਵੇ ਇਹ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਇੱਕ ਗੁਰਮਿੰਦਰ ਜੀ ਇਹ ਵੀ ਗੱਲ ਹੁੰਦੀ ਹੈ ਵੀ ਤੁਸੀਂ ਤੁਸੀਂ ਚੰਦੋਆ ਸਾਹਿਬ ਦੇ ਦਿੱਤਾ ਕਿਹੜੀ ਚੰਦੋਆ ਸਾਹਿਬ ਉੱਥੇ ਥੋੜਾ ਜਿਹਾ ਦਾ ਫਿਟਿੰਗ ਦਾ ਥੋੜਾ ਔਖਾ ਹੁੰਦਾ ਜਾਂ ਕੁਝ ਹੁੰਦਾ ਫਿਰ ਤੁਹਾਡੇ ਵੱਲੋਂ ਉਹਨੂੰ ਸੈੱਟ ਕੀਤਾ ਜਾਂਦਾ ਸਾਡੇ ਵੱਲੋਂ ਦੇਖੋ ਜੀ ਸਾਡੇ ਵੱਲੋਂ ਜਿਹੜੀ ਚੀਜ਼ ਸਾਈਜ਼ ਦੇ ਕੇ ਉਹ ਚੀਜ਼ ਦੀ ਸਾਡੇ ਵੱਲੋਂ ਕਦੇ ਕੋਈ ਪ੍ਰੋਬਲਮ ਨਹੀਂ ਆਏਗੀ ਜੋ ਚੀਜ਼ ਆਰਡਰ ਤੇ ਆਰਡਰ ਬੁੱਕ ਦੇ ਉੱਪਰ ਚੜ ਗਈ ਜੋ ਸਾਈਜ਼ ਸਾਡੇ ਵੱਲੋਂ ਉਸ ਚੀਜ਼ ਦੀ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਹਮ ਕਈ ਵਾਰੀ ਆਰਡਰ ਦੇਣ ਵਾਲਿਆਂ ਵੱਲੋਂ ਕਦੇ ਕੋਈ ਇਸ ਚੀਜ਼ ਦੀ ਕਮੀ ਪੇਸ਼ੀ ਆ ਵੀ ਜਾਂਦੀ ਹੈ ਅਗਰ ਤਾਂ ਉਹ ਅਸੀਂ ਮਤਲਬ ਸਾਡੇ ਆਪਣਾ ਪਰਸਨਲ ਪਰਜ ਸਮਝ ਕੇ ਅਸੀਂ ਉਹ ਆਰਡਰ ਕਰਵਾ ਕੇ ਦਿੰਦੇ ਆ ਆਰਡਰ ਕਰਕੇ ਦਿੰਦੇ ਆ ਠੀਕ ਹੈ ਇੱਥੇ ਦੁਖਨਾਰਨ ਸਾਹਿਬ ਅ ਜਿੰਨੇ ਰਮਾਲਾ ਸਾਹਿਬ ਚੰਦਵਾ ਸਾਹਿਬ ਬਣਦੇ ਨੇ ਠੀਕ ਹੈ ਕਿਉਂਕਿ ਸਾਡਾ ਬੇਸ ਪਟਿਆਲੇ ਤੋਂ ਹੈ ਅਸੀਂ ਹਰ ਰੋਜ਼ ਦਰਸ਼ਨ ਕਰਨ ਜਾਣਾ ਹੁੰਦਾ ਹੈ ਦੁਖਨਾਰਨ ਸਾਹਿਬ ਤੇ ਅਸੀਂ ਉੱਥੇ ਸੰਗਤਾਂ ਨੂੰ ਉੱਥੇ ਜਿਹੜੀਆਂ ਜਿਹੜੇ ਵਾਲੈਂਟੀਅਰਸ ਨੇ ਹਰ ਰੋਜ਼ ਸੇਵਾ ਕਰਦੇ ਨੇ ਰਮਾਲਾ ਸਾਹਿਬ ਚੰਦਵਾ ਸਾਹਿਬ ਦੀ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਵੱਲੋਂ ਨੇ ਕਿਸੇ ਵੱਲੋਂ ਵੀ ਕੋਈ ਰਮਾਲਾ ਸਾਹਿਬ ਜਾਂ ਚੰਦਵਾ ਸਾਹਿਬ ਬਣ ਕੇ ਆਇਆ ਹੈ ਅਗਰ ਉਹਦੀ ਕੋਈ ਆਲਟਰੇਸ਼ਨ ਹੈ ਕੋਈ ਰਿਪੇਅਰ ਹੈ ਕੋਈ ਕੁਝ ਹੈ ਤਾਂ ਅਸੀਂ ਉਹ ਆਪਣੇ ਵੱਲੋਂ ਆਪਣੇ ਸ਼ਰਧਾ ਨਾਲ ਅਸੀਂ ਉਹ ਠੀਕ ਕਰਵਾ ਕੇ ਦਿੰਦੇ ਹਾਂ ਜਿਸ ਦੇ ਅਸੀਂ ਕੋਈ ਐਕਸਟਰਾ ਚਾਰਜ ਨਹੀਂ ਲੈਂਦੇ ਅੱਛਾ ਇੱਕ ਮੈਂ ਸ਼ੁਰੂ ਤੋਂ ਵੀ ਤੁਹਾਨੂੰ ਪੁੱਛਦਾ ਸੀ ਕਿ ਚਲੋ ਇੱਕ ਕੰਮ ਹੈ ਸਾਡਾ ਨਾ ਚਾਹੇ ਆਪਾਂ ਕਹੇ ਲਈ ਵੀ ਕਿਉਂਕਿ ਬਹੁਤ ਫੈਕਚੁਅਲ ਜਿਆ ਪੀਜੇ ਗਲੇ ਸਿੱਖੀਜ਼ਮ ਬਹੁਤ ਫੈਕਚੁਅਲ ਆ ਉਹ ਕਹਿੰਦੇ ਵੀ ਜੇ ਤੁਸੀਂ ਤੁਹਾਡਾ ਕੰਮ ਹੈ ਤਾਂ ਤੁਸੀਂ ਉਸ ਨੂੰ ਸ਼ਰਧਾਪੂਰਵਕ ਕਰੋ ਤੁਹਾਨੂੰ ਉਹਦੇ ਚ ਰੱਬ ਆ ਤੁਹਾਨੂੰ ਕਦੇ-ਕਦੇ ਲੱਗਦਾ ਵੀ ਤੁਸੀਂ ਬੜੇ ਭਾਗਾਂ ਵਾਲੇ ਹੋ ਤੁਹਾਨੂੰ ਇਹ ਕੰਮ ਕਰਨ ਦਾ ਮੌਕਾ ਮਿਲਿਆ ਇਸ 'ਚ ਕੋਈ ਸ਼ੱਕ ਨਹੀਂ ਹੈ ਜੀ ਅਸੀਂ ਬਹੁਤ ਭਾਗਾਂ ਵਾਲੇ ਆ ਕਿ ਸਾਨੂੰ ਅਸੀਂ ਗੁਰੂ ਮਹਾਰਾਜ ਦੇ ਦਰਜੀ ਬਣਿਆ ਗੁਰੂ ਮਹਾਰਾਜ ਦੇ ਵਸਤਰ ਸੀਣ ਦਾ ਸਾਨੂੰ ਮੌਕਾ ਮਿਲਿਆ ਇਸ 'ਚ ਕੋਈ ਸ਼ੱਕ ਨਹੀਂ ਹੈ ਤੇ ਇੱਕ ਇੱਕ ਇਹ ਗੱਲ ਵੀ ਰੋਜੀ ਵੀ ਇਸ ਤੋਂ ਲੱਗੀ ਹੋਈ ਹੈ ਰੋਜੀ ਅਸੀਂ ਜੋ ਕੁਝ ਵੀ ਅੱਜ ਤੱਕ ਅੱਥੇ ਤੱਕ ਪਹੁੰਚੇ ਹਾਂ ਜੋ ਸਭ ਕੁਝ ਅਸੀਂ ਗੁਰੂ ਮਹਾਰਾਜ ਦੀ ਦੇਣ ਹੈ ਅਸੀਂ ਇਸ ਰਮਾਲਾ ਸਾਹਿਬ ਤੋਂ ਹੀ ਸਭ ਕੁਝ ਬਣਾਇਆ ਜੀ ਬਹੁਤ ਗੱਲਾਂ ਅਸੀਂਆਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਧੰਨਵਾਦ ਵਸੇ ਕੰਮ ਜਿਹੜਾ ਹੈ ਨਾ ਉਹ ਕਹਿੰਦੇ ਹੁੰਦੇ ਹਰ ਕਿਸੇ ਦਾ ਪਰਮੇਸ਼ਵਰ ਹੈ ਉਤੋਂ ਜੋ ਰੋਜ਼ੀ ਮਿਲਦੀ ਆ ਰੋਟੀ ਮਿਲਦੀ ਆ ਬਰਕਤਾਂ ਮਿਲਦੀਆਂ ਨੇ ਇਹਨਾਂ ਦਾ ਕੰਮ ਜਿਹੜਾ ਜਿੰਨਾ ਸਾਨੂੰ ਵੇਖਣ ਨੂੰ ਸੌਖਾ ਲੱਗਦਾ ਉਹਨਾਂ ਹੀ ਸੂਚਮਤਾ ਬਣਾਈ ਰੱਖਣਾ ਬਹੁਤ ਔਖਾ ਹੈ ਪਰ ਬਹੁਤ ਨੇ ਦੇ ਨਾਲ ਬਹੁਤ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਕਰਦੇ ਆਂ ਕੋਸੀ ਕੇ ਯਾਰ ਜੇ ਮੇਰੀ ਗੱਲ ਤੇ ਯਕੀਨ ਨਹੀਂ ਤੇ ਆ ਕੇ ਵੇਖਿਓ ਵਾਕੇ ਤੁਹਾਨੂੰ ਅਹਿਸਾਸ ਹੋਏਗਾ ਫਿਲਹਾਲ ਮੈਂ ਕੈਮਰਾਮੈਨ ਸਤਨਾਮ ਦੇ ਨਾਲ ਪਟਿਆਲਾ ਦੇ ਸਿਦਨਾਬਦ ਦੱਸਤੋਂ ਦੱਸ ਰਿਹਾ ਹਾਂ